ਅੱਜ ਆਪਾਂ ਗੱਲ ਕਰਾਂਗੇ ਜੀ Adobe Photoshop 2025 ਦੀ, ਕੀ ਅਪਡੇਟ ਆਏ ਨੇ ਤੇ ਕੀ ਨਿਊ ਫੀਚਰ ਆਏ ਨੇ। ਤੇ ਸਭ ਤੋਂ ਪਹਿਲਾਂ ਇਹ ਰਿਲੀਜ਼ ਹੋਇਆ ਅਕਤੂਬਰ 14, 2024 ਨੂੰ, ਤੇ ਇਹਦੇ ਵਿੱਚ ਕੀ ਫੀਚਰ ਹੈਗੇ ਨੇ। ਟੋਟਲ 7 ਫੀਚਰ ਨੇ ਤੇ 1 by 1 ਤੁਹਾਨੂੰ ਮੈਂ ਡਿਟੇਲ ਵਿੱਚ ਦੱਸਾਂਗਾ ਇਸ ਵੀਡੀਓ ਵਿੱਚ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਤੇ ਸਭ ਤੋਂ ਪਹਿਲਾਂ ਆਪਾਂ ਫਸਟ ਫੀਚਰ ਮੈਂ ਤੁਹਾਨੂੰ ਦੱਸਦਾ। ਫਸਟ ਫੀਚਰ ਹੈਗਾ ਪਿੱਪਲ ਰਿਮੂਵ ਦਾ, ਕਿ ਆਪਾਂ ਜਿਸ ਤਰ੍ਹਾਂ ਮੰਨ ਲਓ ਕੋਈ ਵੀ ਆਪਾਂ ਸ਼ੂਟ ਕੀਤਾ, ਫੋਟੋ ਸ਼ੂਟ ਆਪਾਂ ਕਰਦੇ ਹਾਂ ਟੂਰਿਸਟ ਪਲੇਸ 'ਤੇ ਜਾ ਕੇ, ਤੇ ਪਬਲਿਕ ਨੂੰ ਕਿਸ ਤਰ੍ਹਾਂ ਆਪਾਂ ਰਿਮੂਵ ਕਰ ਸਕਦੇ ਹਾਂ। ਜਿਹੜਾ ਇਹ ਨਿਊ ਵਰਜ਼ਨ ਆ ਇਹਦੇ ਵਿੱਚ ਈਜ਼ੀਲੀ ਆਪਾਂ ਰਿਮੂਵ ਕਰ ਸਕਦੇ ਹਾਂ। ਅਤੇ ਜਦੋਂ ਆਪਾਂ ਇਹਨੂੰ ਆਪਾਂ ਸਿਲੈਕਟ ਕਰਦੇ ਹਾਂ, ਉਸ ਤੋਂ ਬਾਅਦ ਜਿੱਦਾਂ ਮੰਨ ਲਓ ਜਿੰਨੇ ਵੀ ਪਬਲਿਕ ਨੇ ਉਸ ਟਾਈਮ, ਜਿਸ ਤਰ੍ਹਾਂ ਮੰਨ ਲਓ ਟੂਰਿਸਟ ਜਿੰਨੇ ਵੀ ਹੈਗੇ ਨੇ ਉਹਨੂੰ ਸਿਲੈਕਟ ਹੋ ਜਾਏਗਾ। ਅਤੇ ਜਿਸ ਤਰ੍ਹਾਂ ਮੰਨ ਲਓ ਜੇ ਤੁਸੀਂ ਆਪਣੀ ਜਿਹੜੀ ਫੋਟੋ ਹੋਏਗੀ ਉਹਨੂੰ ਤੁਸੀਂ ਅਨਸਿਲੈਕਟ ਕਰਕੇ, ਅਤੇ ਜਿਹੜਾ ਬਾਕੀ ਸਿਲੈਕਟ ਕੀਤਾ ਹੋਊਗਾ ਏਰੀਆ ਉਹਨੂੰ ਤੁਸੀਂ ਰਿਮੂਵ ਕਰ ਸਕਦੇ ਹੋ। ਅਤੇ ਜਿਹੜੇ ਜਿਸ ਤਰ੍ਹਾਂ ਮੰਨ ਲਓ ਪਬਲਿਕ ਹੋਊਗੀ ਉਹ ਸਾਰੀ ਰਿਮੂਵ ਹੋ ਜਾਏਗੀ। ਅਤੇ ਕੁਛ ਸੈਕਿੰਡ ਦੇ ਵਿੱਚ ਹੀ ਆਪਾਂ ਕਲਿੱਕ ਕਰਾਂਗੇ ਅਤੇ ਉਸ ਵੇਲੇ ਆਪਾਂ ਨੂੰ ਰਿਜ਼ਲਟ ਮਿਲ ਜਾਏਗਾ। ਸੈਕਿੰਡ ਫੀਚਰ ਹੈਗਾ ਜਿਸ ਤਰ੍ਹਾਂ ਮੰਨ ਲਓ ਆਪਾਂ ਸ਼ੂਟ ਕੀਤਾ ਹੁੰਦਾ, ਉੱਥੇ ਵਾਇਰ ਜਾਂ ਕੇਬਲ ਦੀ ਪ੍ਰੋਬਲਮ ਆਈ ਦੀ ਹੈ, ਅਤੇ ਆਪਾਂ ਉਹਨੂੰ ਵੀ ਰਿਮੂਵ ਕਰ ਸਕਦੇ ਹਾਂ। ਅਤੇ ਜੇ ਆਪਾਂ ਉਹਨੂੰ ਆਪਾਂ ਕਟਿੰਗ ਕਰੀਏ ਜਾਂ ਉਹਨੂੰ ਆਪਾਂ ਮੈਨੂਅਲ ਆਪਾਂ ਕਰਦੇ ਹਾਂ ਸੈਟਿੰਗ, ਤਾਂ ਟਾਈਮ ਕਾਫੀ ਲੱਗ ਜਾਂਦਾ ਹੈ। ਅਤੇ ਜਿਹੜਾ ਇਹ ਨਿਊ ਫੀਚਰ ਆਇਆ ਕੇਬਲ ਐਂਡ ਵਾਇਰ ਰਿਮੂਵ ਕਰਨ ਲਈ, ਅਤੇ ਕੁਛ ਸੈਕਿੰਡਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਇਹਨੂੰ ਜਦੋਂ ਆਪਾਂ ਕਲਿੱਕ ਕਰਦੇ ਹਾਂ। ਜਿੰਨੀਆਂ ਵੀ ਜਿਸ ਤਰ੍ਹਾਂ ਮੰਨ ਲਓ ਆਪਾਂ ਕੋਈ ਵੀ ਸ਼ੂਟ ਕੀਤਾ ਉਹਦੇ ਵਿੱਚ ਆਪਾਂ ਵਾਇਰ ਅਤੇ ਕੇਬਲ ਈਜ਼ੀਲੀ ਰਿਮੂਵ ਕਰ ਸਕਦੇ ਹਾਂ। ਇਹ ਜਿਹੜਾ ਫੀਚਰ ਆ ਕਾਫੀ, ਇਹਦੇ ਨਾਲ ਇਹ ਹੈ ਕਿ ਆਪਾਂ ਨੂੰ ਈਜ਼ੀਲੀ ਕੋਈ ਵੀ ਫੋਟੋ ਆਪਾਂ ਰੈਡੀ ਕਰ ਸਕਦੇ ਹਾਂ। ਅਤੇ ਉਸ ਤੋਂ ਬਾਅਦ ਥਰਡ ਫੀਚਰ ਹੈਗਾ ਰਿਮੂਵ ਬੈਕਗਰਾਊਂਡ ਦਾ। ਬੈਕਗਰਾਊਂਡ ਨੂੰ ਜਿਸ ਤਰ੍ਹਾਂ ਮੰਨ ਲਓ ਆਪਾਂ ਬੈਕਗਰਾਊਂਡ ਚੇਂਜ ਕਰਨੀ ਹੁੰਦੀ ਹੈ, ਤਾਂ ਮੈਨੂਅਲ ਆਪਾਂ ਕਟਿੰਗ ਕਰਦੇ ਹਾਂ ਸਭ ਤੋਂ ਪਹਿਲਾਂ। ਜਿਹੜੇ ਪੁਰਾਣੇ ਜਿਸ ਤਰ੍ਹਾਂ ਮੰਨ ਲਓ Adobe Photoshop 7 ਹੁੰਦੀ ਸੀ, ਉਸ ਤੋਂ ਬਾਅਦ ਜਿੰਨੇ ਵੀ ਵਰਜ਼ਨ ਆਏ ਨੇ ਉਹਦੇ ਵਿੱਚ ਆਪਾਂ ਮੈਨੂਅਲ ਕਟਿੰਗ ਕਰਦੇ ਹਾਂ। ਅਤੇ ਜਿਹੜਾ ਇਹ ਨਿਊ ਫੀਚਰ ਆਇਆ Adobe Photoshop ਦਾ, ਇਹਦੇ ਵਿੱਚ ਆਪਾਂ ਈਜ਼ੀਲੀ ਬੈਕਗਰਾਊਂਡ ਨੂੰ ਆਪਾਂ ਰਿਮੂਵ ਕਰ ਸਕਦੇ ਹਾਂ। ਅਤੇ ਉਸ ਤੋਂ ਬਾਅਦ ਆਪਾਂ ਬੈਕਗਰਾਊਂਡ ਕੋਈ ਵੀ ਜਿਸ ਤਰ੍ਹਾਂ ਮੰਨ ਲਓ ਆਪਾਂ ਚੂਜ਼ ਕਰਦੇ ਹਾਂ ਜਾਂ ਆਪਾਂ ਕੋਈ ਵੀ ਬੈਕਗਰਾਊਂਡ ਚੇਂਜ ਕਰ ਸਕਦੇ ਹਾਂ ਈਜ਼ੀਲੀ ਨਾਲ। ਅਤੇ ਫੋਰਥ ਫੀਚਰ ਹੈਗਾ, ਇਹ ਵੀ ਫੀਚਰ ਬਹੁਤ ਵਧੀਆ। ਇਹਦੇ ਵਿੱਚ ਇਹ ਹੈ ਕਿ ਜਿਸ ਤਰ੍ਹਾਂ ਮੰਨ ਲਓ ਆਪਣੀ ਜਿਹੜੀ ਬੈਕਗਰਾਊਂਡ ਆ, ਆਪਾਂ ਸਭ ਤੋਂ ਪਹਿਲਾਂ ਇਹਨੂੰ ਜੇ ਚੇਂਜ ਕਰਨੀ ਆ ਤਾਂ ਰਿਮੂਵ ਕਰਾਂਗੇ। ਰਿਮੂਵ ਤੋਂ ਬਾਅਦ ਜਿਹੜਾ ਇਹ ਫੋਰਥ ਫੀਚਰ ਆ, ਇਹ ਸਭ ਤੋਂ ਵਧੀਆ ਇਹ ਗੱਲ ਹੈ, ਇਹਦੇ ਵਿੱਚ ਇਹ ਗੱਲ ਹੈ ਕਿ ਜਿਸ ਤਰ੍ਹਾਂ ਮੰਨ ਲਓ ਆਪਾਂ ਕੋਈ ਵੀ ਬੈਕਗਰਾਊਂਡ ਆਪਾਂ ਜਨਰੇਟ ਕਰ ਸਕਦੇ ਹਾਂ। ਜਨਰੇਟ ਕਰਨ ਤੋਂ ਪਹਿਲਾਂ ਆਪਾਂ ਨੂੰ ਕੋਈ ਵੀ ਕੰਟੈਂਟ, ਛੋਟਾ ਜਿਹਾ ਕੰਟੈਂਟ ਆਪਾਂ ਨੂੰ ਰੈਡੀ ਕਰਨਾ ਪੈਣਾ। ਜਿਸ ਤਰ੍ਹਾਂ ਮੰਨ ਲਓ ਕੋਈ ਵੀ ਚੀਜ਼ ਆਪਾਂ ਨੂੰ ਉਹਦੇ ਵਿੱਚ ਫੋਟੋ ਦੇ ਵਿੱਚ ਕਲਾਊਡ ਚਾਹੀਦੇ ਨੇ, ਜਾਂ ਜਿਸ ਤਰ੍ਹਾਂ ਮੰਨ ਲਓ ਆਪਣਾ ਟੀ ਸ਼ਰਟ ਜਾਂ ਸ਼ਰਟ ਦਾ ਕਲਰ ਚੇਂਜ ਕਰਨਾ, ਜਾਂ ਟੀ ਸ਼ਰਟ ਚੇਂਜ ਕਰਨੀ ਹੈ, ਜੀਨ ਦਾ ਕਲਰ ਚੇਂਜ ਕਰਨਾ, ਸ਼ੋਰਟ ਕੰਟੈਂਟ ਆਪਾਂ ਨੂੰ ਰੈਡੀ ਕਰਕੇ ਫਿਰ ਉਸ ਤੋਂ ਬਾਅਦ ਕਲਿੱਕ ਕਰਾਂਗੇ ਤੇ ਉਹ ਈਜ਼ੀਲੀ ਸਾਨੂੰ ਜਿਹੜੀ ਬੈਕਗਰਾਊਂਡ ਆ ਉਹ ਜਨਰੇਟ ਕਰ ਦੇਗਾ। ਇਹ ਵੀ ਜਿਹੜਾ ਫੀਚਰ ਆ ਬਹੁਤ ਵਧੀਆ ਫੀਚਰ ਲੱਗਾ ਮੈਨੂੰ। ਲਾਸਟ 2 ਫੀਚਰ ਨੇ ਜਿਹੜੇ ਉਹ ਫੋਟੋਸ਼ੋਪ ਬੇਟਾ ਵਰਜ਼ਨ ਵਿੱਚ ਯੂਜ਼ ਹੁੰਦੇ ਨੇ, ਤੇ ਉਹਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਹੀ, ਜਿਸ ਤਰ੍ਹਾਂ ਮੰਨ ਲਓ ਆਪਾਂ ਨੂੰ ਬੈਕਗਰਾਊਂਡ ਜਨਰੇਟ ਕਰਨੀ ਆ, ਬੈਕਗਰਾਊਂਡ ਦੇ ਵਿੱਚ ਜਿਸ ਤਰ੍ਹਾਂ ਮੰਨ ਲਓ ਆਪਾਂ ਨੂੰ ਕੋਈ ਕਮੀ ਲੱਗਦੀ ਆ ਜਾਂ ਕੋਈ ਚੇਅਰ ਦੀ ਲੋੜ ਆ ਜਾਂ ਕਲਾਊਡ ਦੀ ਲੋੜ ਆ ਜਾਂ ਕੋਈ ਜਿਸ ਤਰ੍ਹਾਂ ਮੰਨ ਲਓ ਆਪਾਂ ਕੋਈ ਕਾਰ ਸਾਨੂੰ ਚਾਹੀਦੀ ਆ ਜਾਂ ਇਸ ਤਰ੍ਹਾਂ ਦਾ ਕੋਈ ਵੀ ਕੰਟੈਂਟ ਜਿਹੜਾ ਆਪਣਾ ਸ਼ੋਰਟ ਕੰਟੈਂਟ ਹੋਏਗਾ ਉਹਦੇ ਵਿੱਚ ਆਪਾਂ ਕੋਈ ਵੀ ਚੀਜ਼ ਆਪਾਂ ਐਡ ਕਰ ਸਕਦੇ ਹਾਂ। ਅਤੇ ਜਿਹੜੀ ਫੋਟੋ ਆ ਉਹ ਆਪਾਂ ਜਿਹੜੀ ਫੋਟੋ ਆ ਆਪਣੀ ਉਹਦੇ ਵਿੱਚ ਇੰਪਰੂਵਮੈਂਟ ਕਰ ਸਕਦੇ ਹਾਂ। ਅਤੇ ਬਾਕੀ ਜਿਹੜਾ ਇਹ ਨਿਊ ਵਰਜ਼ਨ ਆਇਆ ਫੋਟੋਸ਼ੋਪ ਦਾ, ਇਹ ਤੁਹਾਡੇ ਲਈ ਕਾਫੀ ਹੈਲਪਫੁੱਲ ਅਤੇ ਯੂਜ਼ਫੁੱਲ ਹੋਏਗਾ। ਅਤੇ ਜੇ ਤੁਸੀਂ ਇਹ ਨਿਊ ਵਰਜ਼ਨ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ, ਅਤੇ ਇਹਦਾ ਜਿਹੜਾ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਵਿੱਚ ਮੈਂ ਐਡ ਕਰ ਦਾਂਗਾ, ਅਤੇ ਈਜ਼ੀਲੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਜੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਫਿਰ ਆਪਾਂ ਮਿਲਦੇ ਹਾਂ ਜਲਦੀ ਨੈਕਸਟ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ ਜੀ, ਟੇਕ ਕੇਅਰ, ਬਾਏ।